साडियां बड़ियां अहम मंगा ने। साडा जिहड़ा बिजनेस है बिल्कुल डुब चुका वा, इहदे व्याप दे उत्ते असीं काली दिवाली मना रहे हां। 1 नवंबर तों असीं लगातार इश्तिहार ते कालियां झंडियां ला के अपनियां बसां नूं चला रहे हां। ते सरकार अगे साडी डिमांड है वी साडा मसला हल करे, सानूं टैक्स च रिबेट दित्ती जावे। जे रिबेट नहीं देनी, जिस तरह रोडवेज दे विच लेडीज़ फ्री ने, साडियां बसां च वी लेडीज़ फ्री कीतियां जाण, साडियां भैणां ने, साडियां मावां ने। जे मंगा ना मनियां इस बार काली दवाई मनाउणगे निजी बस आपरेटर। आर्थिक मंदहाली चो गुजर रहे प्राइवेट बसां वाले अज बंद होण कंडे। सरकार सानू टैक्स च छूट देवे ते अज साडे लई बसां चलाउणियां होईयां औखियां। पंजाब मोटर यूनियन अपनियां हक्की मंगां ना मनियां जाण ते पंजाब भर दे निजी बस आपरेटर इस दिवाली ते काली दिवाली मनाउणगे। सारे निजी बस आपरेटर अपनियां बसां ते कालियां झंडियां ते पोस्टर ला के रोस विखावा कर रहे ने। पंजाब मोटर यूनियन दे आगू चौधरी अशोक मन्नल ने कहा कि सूबे दी निजी बस सनत नूं सरकार वल्लों अणगौलिया कीता जाण कारण आर्थिक मंदहाली चों गुजर रही है ते बंद होण कंडे है। निजी बस आपरेटरां नूं कारोबार बचाउण लई सड़कां ते उतरण लई मजबूर होना पै रिहा। ਉਹਨਾਂ ਕਿਹਾ ਕਿ ਨਿੱਜੀ ਬੱਸ ਆਪਰੇਟਰਾਂ ਦੀਆਂ ਸਮੱਸਿਆਵਾਂ ਮੁੱਖ ਮੰਤਰੀ, ਵਿੱਤ ਮੰਤਰੀ ਤੇ ਟਰਾਂਸਪੋਰਟ ਮੰਤਰੀ ਤੇ ਹੋਰ ਉੱਚ ਅਧਿਕਾਰੀਆਂ ਦੇ ਧਿਆਨ ਲਿਆਉਣ ਦੇ ਬਾਵਜੂਦ ਵੀ ਇਸ ਡੁੱਬ ਰਹੀ ਸਨਅਤ ਨੂੰ ਬਚਾਉਣ ਲਈ ਕੋਈ ਹੱਲ ਨਹੀਂ ਕੱਢਿਆ ਜਾ ਰਿਹਾ। ਉਹਨਾਂ ਕਿਹਾ ਕਿ ਤੇਲ ਤੇ ਟੋਲ ਟੈਕਸ ਦੀਆਂ ਕੀਮਤਾਂ ਵੱਧਦੀਆਂ ਜਾ ਰਹੀਆਂ ਨੇ, ਜਦ ਕਿ ਕਿਰਾਇਆ ਉਵੇਂ ਦਾ ਉਵੇਂ ਹੈ। ਉਹਨਾਂ ਮੰਗ ਕੀਤੀ ਕਿ ਜਿਸ ਤਰ੍ਹਾਂ ਸਰਕਾਰੀ ਬੱਸਾਂ 'ਚ ਔਰਤਾਂ ਨੂੰ ਮੁਫਤ ਸਫ਼ਰ ਹੈ, ਪ੍ਰਾਈਵੇਟ ਬੱਸਾਂ 'ਚ ਵੀ ਮੁਫਤ ਸਫ਼ਰ ਕੀਤਾ ਜਾਵੇ ਤੇ ਜਿਸ ਤਰ੍ਹਾਂ ਸਰਕਾਰ ਸਰਕਾਰੀ ਬੱਸਾਂ ਵਾਲਿਆਂ ਕੋਲੋਂ ਡਾਕਟਰ ਲੈ ਕੇ ਟੈਕਸ 'ਚ ਛੋੜ ਦਿੰਦੀ ਹੈ, ਉਸੇ ਤਰ੍ਹਾਂ ਸਾਨੂੰ ਵੀ ਛੋੜ ਦਿੱਤੀ ਜਾਵੇ। ਅੱਜ ਜੋ ਹਾਲ ਹੈ ਪ੍ਰਾਈਵੇਟ ਟਰਾਂਸਪੋਰਟਰਾਂ ਦਾ ਉਹ ਸਭ ਦੇ ਸਾਹਮਣੇ ਹੈ ਤੇ ਇਸ ਲਈ ਅਸੀਂ ਆਉਣ ਵਾਲੀ ਦੀਵਾਲੀ ਤੇ ਬੱਸਾਂ ਬੰਦ ਰੱਖਣ ਨੂੰ ਲੈ ਕੇ ਮੀਟਿੰਗ ਵੀ ਕਰ ਰਹੇ ਹਾਂ। ਹਾਂਜੀ, ਚੌਧਰੀ ਅਸ਼ੋਕ ਮੰਨਨ ਮੇਰਾ ਨਾਂ ਹੈ ਜੀ। ਮੈਂ ਪੰਜਾਬ ਮੋਟਰ ਯੂਨੀਅਨ ਦਾ ਮੈਂਬਰ ਹਾਂ, ਸਰਗਰਮ ਮੈਂਬਰ ਹਾਂ, ਅਤੇ ਸਾਡੀਆਂ ਬੜੀਆਂ ਅਹਿਮ ਮੰਗਾਂ ਨੇ। ਸਾਡਾ ਜਿਹੜਾ ਬਿਜ਼ਨਸ ਹੈ ਬਿਲਕੁਲ ਡੁੱਬ ਚੁੱਕਾ ਵਾ, ਇਹਦੇ ਵਿਆਪ ਦੇ ਉੱਤੇ ਅਸੀਂ ਕਾਲੀ ਦਿਵਾਲੀ ਮਨਾ ਰਹੇ ਹਾਂ। 1 ਨਵੰਬਰ ਤੋਂ ਅਸੀਂ ਲਗਾਤਾਰ ਇਸ਼ਤਿਹਾਰ ਅਤੇ ਕਾਲੀਆਂ ਝੰਡੀਆਂ ਲਾ ਕੇ ਆਪਣੀਆਂ ਬੱਸਾਂ ਨੂੰ ਚਲਾ ਰਹੇ ਹਾਂ। ਅਤੇ ਸਰਕਾਰ ਅੱਗੇ ਸਾਡੀ ਡਿਮਾਂਡ ਹੈ ਵੀ ਸਾਡਾ ਮਸਲਾ ਹੱਲ ਕਰੇ, ਸਾਨੂੰ ਟੈਕਸ 'ਚ ਰਿਬੇਟ ਦਿੱਤੀ ਜਾਵੇ। ਜੇ ਰਿਬੇਟ ਨਹੀਂ ਦੇਣੀ, ਜਿਸ ਤਰ੍ਹਾਂ ਰੋਡਵੇਜ਼ ਦੇ ਵਿੱਚ ਲੇਡੀਜ਼ ਫ੍ਰੀ ਨੇ, ਸਾਡੀਆਂ ਬੱਸਾਂ 'ਚ ਵੀ ਲੇਡੀਜ਼ ਫ੍ਰੀ ਕੀਤੀਆਂ ਜਾਣ, ਸਾਡੀਆਂ ਭੈਣਾਂ ਨੇ, ਸਾਡੀਆਂ ਮਾਵਾਂ ਨੇ, ਉਹਨਾਂ ਨੂੰ ਸਾਡੀਆਂ ਬੱਸਾਂ 'ਚ ਰਿਲੀਫ ਦਿੱਤੀ ਜਾਵੇ। ਜਿਸ ਤਰ੍ਹਾਂ ਸਰਕਾਰ ਉਹਨਾਂ ਦੇ ਡਾਕਟ ਲੈ ਕੇ ਉਹਨਾਂ ਨੂੰ ਟੈਕਸ 'ਚ ਰਿਲੀਫ ਦਿੰਦੀ ਆ, ਸਾਡੇ ਕੋਲੋਂ ਟੈਕਸ ਦੇ ਵਿੱਚ ਜਿਸ ਤਰ੍ਹਾਂ ਸਾਡੀ ਬੁਕਿੰਗ ਬਣਦੀ ਹੋਵੇ ਸਾਨੂੰ ਰਿਲੀਫ ਦਿੱਤੀ ਜਾਵੇ। ਤੇਲ ਦੇ ਰੇਟ ਬੜੇ ਵੱਧ ਗਏ ਨੇ, ਟਾਇਰਾਂ ਦੇ ਰੇਟ ਬੜੇ ਵੱਧ ਗਏ ਨੇ, ਖਰਚੇ ਬਹੁਤ ਜ਼ਿਆਦਾ ਵੱਧ ਗਏ ਨੇ, ਅੱਡਾ ਫੀਸਾਂ ਬਹੁਤ ਜ਼ਿਆਦਾ ਵਧਾਤੀਆਂ ਨੇ, ਲੇਕਿਨ ਸਾਡਾ ਕਿਰਾਇਆ ਜਿਹੜਾ ਵਾ ਬਹੁਤ ਲੰਮੇ ਅਰਸੇ ਤੋਂ ਐਜ਼ ਇਟ ਇਜ਼ ਹੀ ਆ। ਲੇਕਿਨ ਜਿੰਨਾ ਹੈਗਾ ਲੋਕ ਉਹ ਵੀ ਦੇਣ ਲਈ ਤਿਆਰ ਨਹੀਂ, ਕਿਉਂਕਿ ਰੋਡਵੇਜ਼ ਜਿਹੜੀਆਂ ਲੇਡੀਜ਼ ਨੇ ਉਹ ਫ੍ਰੀ ਲੈ ਕੇ ਜਾ ਰਹੀ ਆ। ਇਸ ਕਰਕੇ ਸਾਡਾ ਬਹੁਤ ਵੱਡਾ ਨੁਕਸਾਨ ਆ ਅਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਸਾਡੀ ਮੀਟਿੰਗ ਚੱਲ ਰਹੀ ਆ ਕਿ ਦਿਵਾਲੀ ਵਾਲੇ ਦਿਨ ਅਸੀਂ ਟੋਟਲ ਬੱਸਾਂ ਬੰਦ ਕਰੀਏ। ਬਿਲਕੁਲ ਖਤਮ ਹੋ ਚੁੱਕਾ ਹੀ ਆ ਇਹ, ਤੇ ਹੁਣ ਉਹ ਲੋਕ ਚਲਾ ਰਹੇ ਨੇ ਜਿਹਨਾਂ ਦੇ ਸਾਈਡ ਬਿਜ਼ਨਸ ਨੇ। ਗੱਡੀਆਂ ਦੇ ਉੱਤੋਂ ਪਰਿਵਾਰ ਪਾਲਣਾ ਬਹੁਤ ਮੁਸ਼ਕਲ ਹੋ ਗਿਆ। ਅਸੀਂ ਆਪਣੀ ਬਿਮਾਰੀ ਦੀ ਪੈਸੇ ਰੋਕ ਕੇ, ਇਲਾਜ ਰੋਕ ਕੇ, ਆਪਣੇ ਬੱਚਿਆਂ ਦੀਆਂ ਫੀਸਾਂ ਰੋਕ ਕੇ ਸਰਕਾਰ ਨੂੰ ਟੈਕਸ ਦੇ ਰਹੇ ਹਾਂ। ਜਿਹੜਾ ਭਗਵੰਤ ਮਾਨ ਵਾਰ ਵਾਰ ਆਉਂਦਾ ਨਾ ਵੀ ਮੇਰਾ ਖਜ਼ਾਨਾ ਭਰਿਆ, ਉਹ ਸਾਡੇ ਪੈਸਿਆਂ ਦਾ ਦਿੱਤਾ ਖਜ਼ਾਨਾ ਭਰਿਆ ਵਾ, ਸਰਕਾਰ ਕੋਲ ਹੋਰ ਕੋਈ ਸੋਰਸ ਨਹੀਂ ਹੈਗਾ। ਅਸੀਂ ਬੜੇ ਕਮਾਊ ਬੱਤੇ ਹਾਂ, ਅਸੀਂ ਬੜੀ ਵੱਡੀ ਲੈਵਲ ਦੇ ਉੱਤੇ ਇਹਨਾਂ ਨੂੰ ਟੈਕਸ ਦਿੰਦੇ ਹਾਂ। ਸਾਡੀ ਜਿਹੜਾ ਕਮਾਊ ਬੱਚਾ ਹੋਵੇ, ਸਰਕਾਰਾਂ ਮਾਂ ਪਿਓ ਹੁੰਦੀਆਂ ਨੇ, ਜਿਹੜਾ ਕਮਾਊ ਬੱਚਾ ਹੋਵੇ ਸਰਕਾਰ ਨੂੰ ਉਹਦੇ ਵੱਲ ਧਿਆਨ ਦੇਣਾ ਬਣਦਾ ਵਾ, ਸਾਡੀ ਗੱਲਬਾਤ ਸੁਣਨੀ ਬਣਦੀ ਆ, ਸਾਡੇ ਜ਼ਖਮਾਂ 'ਤੇ ਮਰਮ ਲਾਉਣੀ ਬਣਦੀ ਆ। ਪਰ ਬੜੀ ਨਲਾਇਕ ਗਵਰਨਮੈਂਟ ਮੈਂ ਕਹਾਂਗਾ ਕਿ ਜਿਹੜੀ ਸਾਡੀ ਸੁਣਵਾਈ ਨਹੀਂ ਕਰ ਰਹੀ। ਘਾਟੇ 'ਚ ਜਾ ਰਹੀ ਆ ਜੀ, ਬੜੇ ਲੰਮੇ ਅਰਸੇ ਤੋਂ ਘਾਟੇ 'ਚ ਜਾ ਰਹੀ ਆ। ਜਿਹੜਾ ਇਹ ਕਹਿ ਰਹੇ ਟਰਾਂਸਪੋਰਟ ਮਾਫੀਆ ਕੋਈ ਦੱਸਣ ਤਾਂ ਸਹੀ ਨਾ, ਕਿਸੇ ਤੱਥ 'ਤੇ ਸਾਡੇ ਨਾਲ ਡਿਬੇਟ ਕਰਨਾ ਜੀ, ਪਰ ਲੇਕਿਨ ਮੰਤਰੀ ਕੋਲ ਸਾਡੇ ਕੋਈ ਗੱਲ ਦਾ ਜਵਾਬ ਹੀ ਕੋਈ ਨਹੀਂ ਗਾ। ਅਸੀਂ ਬੜੇ ਵੱਡੇ ਘਾਟੇ 'ਚ ਜਾ ਰਹੇ ਹਾਂ, ਖਲੋ ਚੁੱਕੀ ਸਾਡੀ ਟਰਾਂਸਪੋਰਟ ਆ। ਉਹਦੇ ਵਿੱਚ ਵੇਖੋ ਨਾ ਜੀ, ਜਿਸ ਪੈਟਰਨ ਦੇ ਉੱਤੇ ਰੋਡਵੇਜ਼ ਫ੍ਰੀ ਆ, ਉਸੇ ਪੈਟਰਨ 'ਤੇ ਸਾਡੀਆਂ ਮਾਵਾਂ ਭੈਣਾਂ ਨੂੰ ਸਾਡੀਆਂ ਬੱਸਾਂ 'ਚ ਵੀ ਫ੍ਰੀ ਕਰਨ। ਜਿਸ ਤਰ੍ਹਾਂ ਉਹ ਕਾਰੋਬਾਰ ਨਹੀਂ ਕਰ ਸਕਦਾ, ਲੇਕਿਨ ਇਹ ਕਾਰੋਬਾਰ ਫੇਲ ਹੋ ਚੁੱਕਾ ਵਾ ਸਾਡੀ ਇਸ ਅਵਸਥਾ ਦੇ ਵਿੱਚ, ਇਹਨਾਂ ਨੂੰ ਸਾਡੀ ਬਾਂਹ ਫੜਨੀ ਚਾਹੀਦੀ ਆ। ਸਰਕਾਰਾਂ ਮਾਂ ਪਿਓ ਹੁੰਦੀਆਂ ਨੇ, ਦੁੱਖ ਸੁੱਖ ਸੁਣਨੇ ਚਾਹੀਦੇ ਨੇ, ਸਾਡਾ ਹੱਲ ਕਰਨਾ ਚਾਹੀਦਾ ਵਾ। ਸਰਕਾਰ ਨਹੀਂ ਕਰ ਰਹੀ, ਅਸੀਂ ਦੁਖੀ ਹੋਏ। ਅਸੀਂ 1 ਨਵੰਬਰ ਤੋਂ ਕਾਲੀ ਦਿਵਾਲੀ ਮਨਾ ਰਹੇ ਹਾਂ, ਕਾਲੇ ਝੰਡੇ ਲਾਏ ਨੇ, ਕਾਲੇ ਬਿੱਲੇ ਲਾਏ ਨੇ, ਔਰ ਅਸੀਂ ਸਾਡੀ ਮੀਟ ਬੰਦ ਰੱਖੀ ਹੈ।
ਦੀਵਾਲੀ ਵਾਲੇ ਦਿਨ ਫਿਰ ਟੋਟਲ ਜਿਹੜਾ ਬੰਦ ਰਹੂਗਾ ਜੀ ਟ੍ਰਾਂਸਪੋਰਟ? ਬਿਲਕੁਲ ਹਾਂ ਬਿਲਕੁਲ, ਸਾਡੀ ਮੀਟਿੰਗ ਚੱਲ ਰਹੀ ਹੈ, ਕੱਲ ਫਾਈਨਲ ਹੋ ਜਾਏਗਾ ਵੀ ਅਸੀਂ ਕੀ ਕਰ ਰਹੇ ਹਾਂ। ਜੇਕਰ ਫਾਈਨਲ ਨਹੀਂ ਹੁੰਦਾ ਫਿਰ ਬੰਦ ਬੰਦ ਰਹਿਣਗੀਆਂ।